ਹਾਂਜੀ ਸਟੂਡੈਂਟਸ ਇਸ ਵੀਡੀਓ ਦੇ ਵਿੱਚ ਅਸੀਂ ਨੀਡ ਐਂਡ ਇੰਪੋਰਟੈਂਸ ਆਫ ਟੈਕਸਟ ਬੁక్స్ ਕਰਾਂਗੇ ਨੰਬਰ 1 ਤੇ ਹੈਗੀ ਹੈ ਟੈਕਸਟ ਬੁੱਕ ਇਜ਼ ਐਨ ਇਨਸਟਰੂਮੈਂਟ ਵਿਚ ਕੈਨ ਕੀਪ ਟੀਚਰਜ਼ ਨੋਲੇਜ ਅਪ ਟੂ ਡੇਟ ਰਿਗਾਰਡਿੰਗ ਕਮਰਸ ਸਬਜੈਕਟ ਤਾਂ ਟੈਕਸਟ ਬੁੱਕ ਦੀ ਸਹਾਇਤਾ ਤੋਂ ਬਿਨਾ ਜਿਹੜੀ ਟੀਚਿੰਗ ਅਸੀਂ ਇੰਪੋਸੀਬਲ ਮੰਨਦੇ ਹਾਂ ਕਿ ਟੀਚਿੰਗ ਜਿਹੜੀ ਉਹ ਲਗਾਤਾਰ ਨਹੀਂ ਹੋ ਸਕਦੀ ਇੱਕ ਦਿਨ ਦੋ ਦਿਨ ਚਾਰ ਦਿਨ ਅਸੀਂ ਜਿਹੜੀ ਟੈਕਸਟ ਬੁੱਕ ਤੋਂ ਬਿਨਾ ਕਰਵਾਉਣਾ ਫਿਰ ਵੀ ਟੈਕਸਟ ਬੁੱਕ ਦੀ ਲੋੜ ਪੈਂਦੀ ਹੈ ਇੱਕ ਇਨਸਟਰੂਮੈਂਟ ਦੇ ਤੌਰ ਤੇ ਕੰਮ ਕਰਦੀ ਹੈ ਇਹ ਟੀਚਰਸ ਲਈ ਤੇ ਉਹਨਾਂ ਦੀ ਨੋਲਿਜ ਨੂੰ ਅਪ ਟੂ ਡੇਟ ਰੱਖਦੀ ਹੈ ਨੈਕਸਟ ਹੈ ਟੈਕਸਟ ਬੁੱਕ ਪ੍ਰੋਵਾਈਡ ਅ ਲੌਜੀਕਲ ਐਂਡ ਐਨਾਲਾਈਟਿਕਲ ਅਪਰੋਚ ਰਿਗਾਰਡਿੰਗ ਟੂ ਸਬਜੈਕਟ ਰਿਗਾਰਡਿੰਗ ਦਾ ਸਬਜੈਕਟ ਟੂ ਇਟਸ ਰੀਡਰਸ ਤਾਂ ਇੱਕ ਵਿਸ਼ਲੇਸ਼ਨਾਤਮਕ ਅਪਰੋਚ ਆ ਇਹ ਜਿਹੜੀ ਕਿ ਲੌਜੀਕਲੀ ਜਾਂ ਕ੍ਰਿਟੀਕਲੀ ਸਾਨੂੰ ਜਿਹੜੀ ਨੌਲੇਜ ਪ੍ਰੋਵਾਈਡ ਕਰਦੀ ਹੈ ਫਿਰ ਟੈਕਸਟ ਬੁੱਕ ਬੁక్స్ ਸੇਵ ਦਾ ਟਾਈਮ ਐਂਡ એનર્ਜੀ ਆਫ ਦਾ ਸਟੂਡੈਂਟ ਐਂਡ ਟੀਚਰਸ ਟੈਕਸਟ ਬੁੱਕ ਰਾਹੀਂ ਅਸੀਂ ਆਪਣਾ ਟਾਈਮ ਤੇ એનર્ਜੀ ਸੇਵ ਕਰਦੇ ਆਂ ਕਿਉਂਕਿ ਬਿਨਾ ਟੈਕਸਟ ਬੁੱਕ ਤੋਂ ਜਿਹੜਾ ਸਬਜੈਕਟ ਮੈਟਰ ਆ ਉਸ ਨੂੰ ਕਲੈਕਟ ਕਰਨਾ ਥਾਂ ਥਾਂ ਤੋਂ ਇਕੱਠਾ ਕਰਨਾ ਤੇ ਇਕੱਠਾ ਕਰਕੇ ਬਾਈਂਡ ਅਪ ਕਰਨਾ ਉਸ ਨੂੰ ਬਹੁਤ ਜ਼ਿਆਦਾ ਟਾਈਮ ਲੱਗਦਾ ਹੈ ਤੇ એનર્ਜੀ ਵੇਸਟ ਹੁੰਦੀ ਆ ਤਾਂ ਇਸ ਲਈ ਜਿਹੜੀਆਂ ਟੈਕਸਟ ਬੁੱਕਸ ਨੇ ਇਹਨਾਂ ਦਾ ਇੱਕ ਲਾਭ ਆ ਕਿ ਇਹ ਸਮਾਂ ਤੇ એનર્ਜੀ ਦੋਨਾਂ ਨੂੰ ਬਚਾਉਂਦੀਆਂ ਨੇ ਸਟੂਡੈਂਟਸ ਦਾ ਵੀ ਤੇ ਅਧਿਆਪਕਾਂ ਦਾ ਵੀ ਫਿਰ ਅਗਦਾ ਟੈਕਸਟ ਬੁੱਕਸ ਫਾਲੋ ਦਾ ਲਿਮਿਟੇਸ਼ਨਸ ਆਫ ਲਰਨਰਸ ਰਿਗਾਰਡਿੰਗ ਏਜ mental level and class standard that's why simplest language is used in primary books while at college level specific and standard languages always preferred in a textbook ta eda e bhi mahatva ki age de according mental level de according class standard de according jehdiyan books oh limitations nu follow kardi a ਤੇ ਉਹਨਾਂ ਜਿਹੜਾ ਸਬਜੈਕਟ ਮੈਟਰ ਆ ਕੰਪਲੈਕਸ ਬਣਾਇਆ ਜਾਂਦਾ ਹੈ ਜਿੰਨੀ ਏਜ ਦੇ ਮੁਤਾਬਕ ਦੀ ਬੁੱਕ ਹੁੰਦੀ ਹੈ ਫਿਰ ਪ੍ਰੋਬਲਮਸ ਐਂਡ ਐਕਸਰਸਾਈਜ਼ ਆਰ ਪ੍ਰੋਵਾਈਡਡ ਫਾਰ ਫਰਦਰ ਥਿੰਕਿੰਗ ਐਂਡ ਇਨਸੈਂਟਿਵਸ ਇਨ ਦਾ ਸਟੂਡੈਂਟਸ ਪ੍ਰੋਬਲਮਸ ਦਿੱਤੀਆਂ ਜਾਂਦੀਆਂ ਨੇ ਐਕਸਰਸਾਈਜ਼ ਦਿੱਤੀਆਂ ਜਾਂਦੀਆਂ ਨੇ ਤਾਂ ਕਿ ਅੱਗੇ ਜਿਹੜੇ ਬੱਚੇ ਨੇ ਉਹ ਅਗਲੇ ਕੰਮ ਲਈ ਤਿਆਰ ਹੋ ਜਾਣ ਤੇ ਪਿਛਲਾ ਜਿਹੜਾ ਹੋ ਰਿਵਾਈਜ਼ ਕਰ ਲੈਣਾ ਫਿਰ ਇਹ ਥੋਰੋ ਟੈਕਸਟ ਬੁੱਕ ਥਰੂ ਟੈਕਸਟ ਬੁੱਕਸ ਸਟੂਡੈਂਟਸ ਕੈਨ ਡਿਵੈਲਪ ਦਾ ਸਕਿੱਲ ਆਫ ਡਾਟਾ ਐਨਾਲਿਸਿਸ ਐਂਡ ਅਦਰ ਐਸੈਂਸ਼ੀਅਲ ਸਕਿੱਲਸ ਈਜ਼ੀਲੀ ਤਾਂ ਟੈਕਸਟ ਬੁੱਕ ਦੇ ਰਾਹੀਂ ਹੀ ਸਟੂਡੈਂਟ ਨੇ ਜਿਹੜੇ ਉਹਨਾਂ ਦੇ ਵਿੱਚ ਡਾਟਾ ਵਿਸ਼ਲੇਸ਼ਣ ਦੀ ਸਕਿੱਲ ਤੇ ਬਾਕੀ ਜ਼ਰੂਰੀ ਸਕੀਲਾਂ ਨੇ ਜਿਹੜੀਆਂ ਉਹ ਬਾਕੀ ਜ਼ਰੂਰੀ ਹੁਨਰ ਨੇ ਜਿਹੜੇ ਉਹ ਆਸਾਨੀ ਨਾਲ ਆ ਜਾਂਦੇ ਨੇ ਫਿਰ ਹੈਗਾ ਈਵਨ टुडे सेवरल स्कूल्स डू नॉट हैव गुड लाइब्रेरी फैसिलिटी गुड टेक्स्ट बुक्स कैन सर्व अ लॉट टू द स्टूडेंट बहुत सारे स्कूलों ਕੋਲ ਚੰਗੀ ਲਾਇਬ੍ਰੇਰੀ ਦੀ ਸਹੂਲਤ ਨਹੀਂ ਹੁੰਦੀ ਚੰਗੀਆਂ ਪੁਸਤਕਾਂ ਨੇ ਜਿਹੜੀਆਂ ਉਹ ਸਟੂਡੈਂਟਸ ਦੀ ਬਹੁਤ ਜ਼ਿਆਦਾ ਹੈਲਪ ਕਰ ਸਕਦੀਆਂ ਨੇ ਡਿਊ ਟੂ ਲੋ ਪ੍ਰਾਈਸ ਆਫ ਟੈਕਸਟ ਬੁਕ the economically backward students can purchase them easily ta textbooks hundiyan ne jehdiyan inna di price kat hundiyan is layi gareeb jehde bacche ne oh vi inna nu khareed sakde ne pher hega textbooks of commerce try to bring conformity in the education ਅੱਗੇ ਹੈਗਾ ਹੋਮਵਰਕ ਅਸਾਈਨਡ ਟੂ ਦਾ ਸਟੂਡੈਂਟਸ ਕੈਨ ਬੀ ਕੰਪਲੀਟਡ ਈਜ਼ੀਲੀ ਵਿਦ ਦਾ ਹੈਲਪ ਆਫ ਟੈਕਸਟ ਬੁక్స్ ਨੈਕਸਟ ਹੈਗਾ ਟੈਕਸਟ ਬੁక్స్ ਹੈਲਪ ਇਨ ਇਨਸਪਾਇਰਿੰਗ ਦਾ ਸਟੂਡੈਂਟਸ ਫਾਰ ਸੈਲਫ ਲਰਨਿੰਗ ਤਾਂ ਟੈਕਸਟ ਬੁక్స్ ਨੇ ਜਿਹੜੀਆਂ ਸੈਲਫ ਲਰਨਿੰਗ ਦੇ ਵਿੱਚ ਸਹਾਇਤਾ ਕਰਦੀਆਂ ਨੇ ਮੋਟੀਵੇਟ ਕਰਦੀਆਂ ਨੇ ਬੱਚਿਆਂ ਨੂੰ ਇਨਸਪਾਇਰ ਕਰਦੀਆਂ ਨੇ ਤਾਂ ਇਹ ਸੀਗੀ ਨੀਡ ਐਂਡ ਇੰਪੋਰਟੈਂਸ ਜ਼ਰੂਰਤ ਵੀ ਆ ਟੈਕਸਟ ਬੁక్స్ ਦੀ ਤੇ ਮਹੱਤਵਪੂਰਿਆ ਟੈਕਸਟ ਬੁਕਸ ਦਾ ਤਾਂ ਇਹ ਇੱਕ ਇਸ ਤਰ੍ਹਾਂ ਦਾ ਇੰਸਟਰੂਮੈਂਟ ਆ ਜਿਹੜਾ ਸਟੂਡੈਂਟ ਤੇ ਟੀਚਰ ਦੋਨਾਂ ਲਈ ਕੰਮ ਆਉਂਦਾ ਏ ਟੀਚਿੰਗ ਲਰਨਿੰਗ ਪ੍ਰੋਸੈਸ ਦੇ ਵਿੱਚ ਤਾਂ ਆਨਲਾਈਨ ਲਈ ਵੀਡੀਓ ਦੇ ਵਿੱਚ ਅਗਲਾ ਟਾਪਿਕ ਡਿਸਕਸ ਕਰਾਂਗੇ ਅਸੀਂ ਬਨੇ ਰਹੋ ਚੈਨਲ ਦੇ ਨਾਲ ਫਿਰ ਮਿਲਦੇ ਆ ਓਕੇ ਥੈਂਕਸ